सत्या जी, तुम देख रहे हो डेली पोस्ट पंजाबी। जिस तरह की एक मंदभागी खबर आ, नाभा हल्के दे पिंड खेड़ी जट्टा का नौजवान नवराज सिंह जो कि 6 साल पहला फौज दे विच भर्ती होया सी, जम्मू कश्मीर दे विच रजौरी दे विच उसकी गोली लगन नाल मौत हुई, जो शहीद होया इस पिंड दा नौजवान आ नवराज सिंह। माता पिता दा जो पुत सी एक विदेशों की धरती से, तो दूसरा एक खेतीबाड़ी के नाल भी संबंधित रखता। नवराज सिंह बड़ा शौक से उसनों खेती का, पर उसका ब्याह भी अगले साल करना सी मापियां वालों, पर अज घर दे विच मातम का माहौल आ जिहड़ा वो छाया होया। पर माता पिता रोंदे नहीं वेखे जा रहे, भरा का भी बड़ा दर्द आ। भरा भी कनेडा तो अज सवेरे ही पहुँचा जो उसनों पता लग्या कि मेरे भरा की मौत हुई और रजौरी के शहीद होया। माँ दे रोना नहीं वेखा जा रहा, हर एक दी अख दे विचों अंजू आ जिहड़ा पिंड दे विच वेखण नूं मिल रहा। तो कुछ पलों बाद उसका संस्कार आ जिहड़ा इस पिंड दे विच कीता जाणा। पूरे सोग की लहर, इलाके दे विच सोग की लहर आ। दोवे जोड़े भरा सन, नवराज सिंह ते उसका दूसरा भरा सी, उह कनेडा दे विच सैटल सी कि तुहाडे बेटे दे गोली लगी, उहदे गोली लगण करके जी डैथ हो गई। बस इन्ना ही दस्सिया जी उहनां। ਕੀ ਸ਼ੌਂਕ ਸੀ ਬੇਟੇ ਨੂੰ? ਬੇਟੇ ਨੂੰ ਫੌਜ 'ਚ ਜਾਣ ਦਾ ਬਹੁਤ ਸ਼ੌਂਕ ਸੀ। ਦੇਸ਼ ਪ੍ਰਤੀ? ਹਾਂਜੀ, ਦੇਸ਼ ਪ੍ਰਤੀ ਪਿਆਰ ਸੀ। ਦੇਸ਼ ਪ੍ਰਤੀ ਪਿਆਰ ਸੀ। ਜਿਸ ਤਰ੍ਹਾਂ ਤੁਹਾਡਾ ਪਰਿਵਾਰ ਪਹਿਲੀ ਸੈਟਲ ਆ, ਉਹਨਾਂ ਨੂੰ ਵੀ ਫੋਰਨ ਜਾਣ ਦੀ ਕੋਈ ਤਮੰਨਾ ਨਹੀਂ ਜਾਗੀ, ਕਿਉਂ ਫੌਜ 'ਚ ਗਏ? ਹਾਂਜੀ, ਫੌਜ 'ਚ ਕਿਉਂ ਗਏ, ਕਾਰਨ ਕੀ ਸੀ, ਫੌਜ ਕਿਉਂ ਉਹਨਾਂ ਨੇ ਸਿਲੈਕਟ ਕੀਤੀ? ਉਹਨੂੰ ਸ਼ੌਂਕ ਹੈ ਸੀ ਫੌਜ 'ਚ ਜਾਣ ਦਾ। ਗੋਲੀ ਕਿੱਥੋਂ ਚੱਲੀ ਪਤਾ ਲੱਗਿਆ ਕੁਛ? ਇਹ ਨਹੀਂ ਦੱਸਿਆ ਉਹਨਾਂ। किस तरह अपने जो ब्रदर याद कर दो, क्यों उन्होंने फौज जाने का जो फैसला किया? ਪਹਿਲੇ ਦਿਨ ਜੀ ਤਾਂ ਬਹੁਤ ਨਾਨਾ ਜੀ ਰੋਜ਼ ਉਹਨੂੰ ਕੁਛ ਨਾ ਕੋਈ ਨਵੀਂ ਨਵੀਆਂ ਗੱਲਾਂ ਦੱਸਦੇ ਰਹਿੰਦੇ ਸੀ। ਬਸ ਉੱਥੋਂ ਥੋੜ੍ਹਾ ਜਿਹਾ ਜ਼ਿਆਦਾ ਪ੍ਰਭਾਵਿਤ ਹੋ ਕੇ ਗਿਆ ਹੋਇਆ, ਮਤਲਬ ਉਹਨੂੰ ਲੱਗਦਾ ਸੀ ਵੀ ਬਹੁਤ ਵਧੀਆ, ਮਤਲਬ ਖੁਸ਼ੀ ਖੁਸ਼ੀ ਗਿਆ, ਮਤਲਬ ਉਹਨੂੰ ਕੋਈ ਲੋੜ ਵੀ ਨਹੀਂ ਸੀ, ਆਪਣੀ ਮਰਜ਼ੀ ਨਾਲ ਗਿਆ ਸੀ। ਸਾਰੇ ਕੋਈ ਸਾਡੀ ਫੈਮਲੀ 'ਚ ਉਹਨੂੰ ਕਿਸੇ ਨੇ ਨਹੀਂ ਕਿਹਾ, ਕੋਈ ਫੋਰਸ ਨਹੀਂ ਗਿਆ। ਮੈਂ ਤਾਂ ਬਹੁਤ ਕਹਿੰਦਾ ਰਿਹਾ ਵੀ ਆ ਜਾ ਵਾਪਸ ਆਪਣੀ ਮਰਜ਼ੀ ਨਾਲ। ਮੰਮੀ ਨੇ, ਮੇਰੀ ਮੰਮੀ ਬਹੁਤ ਬਿਮਾਰ ਰਹਿੰਦੇ ਨੇ, ਇਕੱਲਿਆਂ ਕਰੇ ਕੋਈ ਨਹੀਂ ਹੈਗਾ, ਮੈਂ ਅਤੇ ਮੇਰੀ ਸਿਸਟਰ ਬਾਹਰ, ਪਰ ਉਹਨੇ ਇੱਕ ਨਹੀਂ ਸੁਣਿਆ। ਛੁੱਟੀ ਆਉਂਦਾ ਸੀ, ਘਰ ਦਾ ਕੰਮ ਕਰਦਾ ਸੀ, ਕਿਤੇ ਘੁੰਮਣ ਨਹੀਂ ਜਾਂਦਾ, ਕੁਛ ਨਹੀਂ ਕਰਦਾ, ਘਰ ਦੀਆਂ ਚੀਜ਼ਾਂ ਬਣਾਉਂਦਾ ਰਹਿੰਦਾ ਸੀ, ਕਦੇ ਕੁਛ ਲਾਇਆ ਕਦੇ ਕੁਛ ਲਾਇਆ। ਖੇਤੀ ਉਸਨੂੰ ਬੁਲਾਇਆ ਆਪਣੇ ਕੋਲ ਵੀ, ਮੇਰੇ ਕੋਲ ਹੀ ਆ ਜਾ? ਬਹੁਤ ਵਾਰੀ ਕਿਹਾ ਜੀ, ਕਹਿੰਦਾ ਨਹੀਂ, ਕਹਿੰਦਾ ਮੈਂ ਨਹੀਂ ਇੱਥੇ ਆਉਣਾ ਹੈਗਾ, ਕਹਿੰਦਾ ਇੱਥੇ ਆਪਣੇ ਇੱਥੇ ਹੀ ਰਹੂੰਗਾ, ਆਪਣੇ ਮਾਂ ਬਾਪ ਕੋਲ ਰਹੂੰਗਾ, ਇੱਥੇ ਆਪਣੇ ਘਰਦਿਆਂ ਕੋਲ ਰਹੂੰਗਾ, ਕਹਿੰਦਾ ਮੈਂ ਨਹੀਂ ਇੱਥੇ ਆਉਣਾ। ਦੇਸ਼ ਪ੍ਰਤੀ ਕਿੰਨਾ ਕੁ ਪਿਆਰ ਸੀ? ਬਹੁਤ ਜ਼ਿਆਦਾ ਸੀ, ਤੁਹਾਨੂੰ ਪਤਾ ਜੀ, 6-7 ਸਾਲ ਹੋ ਗਏ ਉਹਨੂੰ ਉੱਥੇ ਨੌਕਰੀ ਕਰਦੇ ਨੂੰ ਜੀ। ਨੌਕਰੀ ਮਜਬੂਰੀ ਲਈ ਨਹੀਂ, ਲੇਕਿਨ ਦੇਸ਼ ਪ੍ਰਤੀ ਪਿਆਰ ਕਰਕੇ ਕਰ ਰਹੇ? ਮਜਬੂਰੀ ਦਾ ਕੋਈ ਚੱਕਰ ਹੀ ਨਹੀਂ ਜੀ, ਸ਼ੌਂਕ ਨੂੰ ਗਿਆ ਜੀ ਆਪਣੇ। ਮੇਰੇ ਨਾਨਾ ਜੀ ਪਹਿਲਾਂ ਆਰਮੀ, ਜਿਵੇਂ ਤੁਹਾਨੂੰ ਦੱਸਿਆ, ਬਸ ਉਹਨਾਂ ਦੇ ਨਾਲ ਬਾਹਲਾ ਰਹਿੰਦਾ ਸੀ ਉੱਥੇ, ਉਹਨਾਂ ਤੋਂ ਸਿੱਖਿਆ ਕਿਵੇਂ ਭਰਤੀ ਹੋਣਾ ਕਿਵੇਂ ਨਹੀਂ ਆਉਣਾ। ਕਾਲਜ ਲੱਗਿਆ ਮਹਿੰਦਰਾ ਕਾਲਜ BA ਫਸਟ ਈਅਰ 'ਚ ਐਡਮਿਸ਼ਨ ਲਈ, ਬਸ ਉੱਥੋਂ ਨਾਲ ਦੇ ਮੁੰਡਿਆਂ ਨਾਲ ਭਰਤੀ ਦੇਖਣ ਵਗ ਗਿਆ। ਕੀ ਸ਼ੌਂਕ ਸੀ ਹੋਰ ਉਹਨਾਂ ਦੇ? ਹੋਰ ਖੇਤੀ ਦਾ ਬੜਾ ਸ਼ੌਂਕ ਸੀਗਾ ਜੀ, ਵੱਧ ਤੋਂ ਵੱਧ ਉਹਨੇ ਆਪਣੇ ਮੰਨ ਲਓ ਕੋਈ ਖੇਤੀ ਵਾਲੇ ਸੰਦ ਲੈ ਕੇ ਆਉਣੇ, ਨਵੇਂ ਤੋਂ ਨਵੇਂ ਲੈ ਕੇ ਆਉਣੇ, ਇਕੱਲੀ ਕਣਕ ਜੀਰੀ ਨਹੀਂ, ਮਤਲਬ ਹੋਰ ਵੱਖਰੀਆਂ ਵੱਖਰੀਆਂ ਫਸਲਾਂ ਦੀ ਖੇਤੀ ਕਰਦਾ ਸੀ। ਮੌਤ ਦੇ ਕਾਰਨਾਂ ਦਾ ਪਤਾ ਲੱਗਿਆ ਵੀ? ਕੀ ਕਾਰਨ? ਕੁਛ ਨਹੀਂ ਜੀ, ਮੈਨੂੰ ਬਸ ਘਰਦਿਆਂ ਦੀ ਕਾਲ ਆਈ ਸੀਗੀ, ਮੈਂ ਜਦ ਸਿੱਧੀ ਆ ਗਿਆ ਇੱਥੇ। ਬਹੁਤ ਜੁਝਾਰੂ ਯੋਧਾ ਸੀ,
बहुत उहदा देश दे प्रति तां पिंड दे लई वी उहदा इक बहुत ही ज़्यादा उहदे मन दे विच इक सोच सी वी मैं कोई सेवा कर सकां। छुट्टी भी जदों आउंदा सी जुझारू योधा सी उस वेले छुट्टी आउंदा सी जदों माँ बाप नूं उहदी लोड़ हुंदी सी, जिवें कि जिवें हुण गाजर बीज के गया उस वेले छुट्टी लै के आया सी भी मैं घर जा के भी कोई वेला ना रहा। बहुत जुझारू योधा सी, साऊ परिवार सी, गुरसिख परिवार सी कि मालक दा भाणा वरत्या। घाटा तां कोई बयान नहीं किया जा सकता, कोई शब्द नहीं है जी। बहुत बड़ा घाटा जिहड़ा साडे परिवार नूं, पिंड नूं, पूरे देश नूं मैं तां कहूँगा भी इहो जिहे योधे दा बहुत एक बड़ा घाटा है। देखो बहुत ज़्यादा अफसोस की गल है जी। पूरी तैयारी अपने मन तो वह करवा के गया सी, अंदर थोड़े जे मोटरसाइकिल लिया सी बुलट, उहदे जिहड़े चा सी उह भी पूरे नहीं कर सकिया। दो तीन दिन मैं चला के जी वह पता नहीं की उहदे दिल दे विच अरमान सी वो सारे अज धरे धराए रह गए जी। तो ये तो होर माड़ी की खबर होगी। कारण दा पता लगे मौत दी? कारण दा हले कोई पता नहीं लगे जी। दो जवान ड्यूटी ते सी ते गोली चलण दी कहिंदे ने भी आवाज़ आई आ, लाशां देखियां जी, हॉस्पिटल जाके जिहड़ा हैगा उन्होंने दम तोड़िया। बाकी उच्च अधिकारी आउणगे उत्थों पता फिर लगना। नाल कहिंदे पाकिस्तान वाला पासों भी गोली चली। हाँ उत्थे एक गोली उत्थे तां देखो जिहड़ा रजौरी है जी उत्थे गाढ़ा जी अतवादियों का मेन कारण तो यही निकलूगा भी जिहड़ी गोली आ किसी दुश्मन की गोली सी। तो साडा एक नौजवान, साडा एक बहुत होनहार बच्चा दुनिया तो चलिया गया, थोड़ा जिहा चलो गर्व भी महसूस हुंदा भी साडा एक बच्चा शहीद होया जी। इस गल दा सानू चलो पर एक बहुत बड़ा घाटा जी ये परिवार लई, पिंड लई, पूरे देश लई। जिहड़ी ये शहादत हुई है इलाके नूं बहुत बड़ा नुकसान होया। ये पिंड खेड़ी जट्टा पहला भी इस किसानी संघर्ष में शहादत हुई है, इस दूसरी शहादत एक साल के दूसरी शहादत हुई है। इलाके नूं पिंड नूं तां है ही है, इलाके नूं पूरे देश नूं घाटा पिया जो शहादत दे नाल, ते ये घाटा कदे पूरा नहीं हो सकता। साडे नौजवान ने जो इस पिंड दे नौजवान बड़े संघर्षशील ने, बहुत मेहनती ने, मेहनत किसान ने, सारे किसानी संघर्ष उठे एक पहला शहीदी हुई है वो घाटा वो पूरा नहीं होया। हले असी जी सोग की लहर थी उभरे नहीं, तो यह दूसरा सानू ये घाटा ये शहीद के होने बहुत बड़ा घाटा सू ना पूरा होने वाला घाटा है। ਵੱਡਾ ਮਾਤਮ ਪਰਿਵਾਰ ਦੇ ਵਿੱਚ ਛਾਇਆ ਸ਼ਹੀਦ ਹੋਇਆ ਬੇਟਾ ਨਵਰਾਜ ਸਿੰਘ। ਹਾਂਜੀ ਸ਼ਹੀਦ ਹੋਇਆ ਜੀ ਬੇਟਾ ਸਾਡਾ, ਬਹੁਤ ਵਧੀਆ ਲੜਕਾ ਸੀ ਸਾਡਾ, ਸ਼ੁਰੂ ਤੋਂ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ। ਨਾਨਕਾ ਪਰਿਵਾਰ ਵੀ ਫੌਜ 'ਚ ਸੀ ਰਹਿੰਦਾ, ਨਾਨਾ ਜੀ ਇਹਨਾਂ ਦੇ, ਇਹਨੂੰ ਵੀ ਬਹੁਤ ਸ਼ੌਂਕ ਸੀ, ਜਾ ਤਾਂ ਬਾਹਰ ਵੀ ਸਕਦਾ ਸੀ, ਇੱਥੇ ਵੀ ਕਰੀ ਜਾਂਦਾ ਕਰੋ ਫਿਰ, ਪਰ ਲੱਗਣੇ ਤੇ ਇਹਨੂੰ ਸ਼ੁਰੂ ਤੋਂ ਵੀ ਮੈਂ ਫੌਜ 'ਚ ਭਰਤੀ ਹੋਵਾਂ, ਮੈਂ ਸੇਵਾ ਕਰਾਂ। ਹੁਣ ਚਲੋ ਦੇਸ਼ ਲਈ ਉਹ ਸ਼ਹੀਦ ਹੋ ਗਿਆ। ਖੇਤੀਬਾੜੀ ਦਾ ਸ਼ੌਂਕ ਵੀ ਬਹੁਤ ਸੀ ਉਹਨੂੰ, ਬਾਕੀ ਖੇਡਣ ਖੁੱਡਣ ਦਾ, ਭੱਜਣਾ, ਰੇਸ ਰੂਸ ਲਾ ਕੇ ਤਾਂ ਹੀ ਬਹੁਤ ਜਲਦੀ ਉਹ ਹੋ ਗਿਆ ਜੀ ਫੌਜ 'ਚ ਭਰਤੀ। 7 ਸਾਲ ਦੇ ਕਰੀਬ ਹੋ ਗਏ ਸੀ ਗਏ ਨੂੰ, ਬਹੁਤ ਵਧੀਆ ਲਗਨ ਨਾਲ ਕੰਮ ਕਰਦਾ ਸੀ, ਨਾ ਕਦੇ ਕੋਈ ਗੈਰ ਹਾਜ਼ਰੀ, ਛੁੱਟੀ ਆਉਂਦੀ ਤਾਂ ਉਦੋਂ ਹੀ ਇੱਥੇ ਕੰਮ ਕਰ ਆਪਦੇ ਪਿਤਾ ਨਾਲ ਕਰਾ ਕੇ ਵਾਪਸ ਚਲੇ ਜਾਂਦੀ ਫੌਜ 'ਚ। ਹਾਂ ਜੀ ਹਾਂ ਜੀ ਸੋਗ ਦੀ ਲਹਿਰ ਹੈ ਜੀ, ਵਿਆਹੁਣ ਦੇ ਵੀ ਤਕਰੀਬਨ ਆਉਂਦੀ ਸੀ, ਰਿਸ਼ਤਿਆਂ ਵਾਲੇ 25-26 ਸਾਲ ਦੀ ਏਜ ਹੋ ਗਈ ਸੀ, ਵਿਆਹੁਣਾ ਵੀ ਹੈਗਾ ਹੀ ਸੀ। ਹੁਣ ਅਸੀਂ ਵੀ ਆਪਣਾ ਮਾਂ ਬਾਪਾਂ ਨੇ ਫਰਜ਼ ਪੂਰਾ ਕਰਨਾ ਸੀ, ਪਰ ਜੋ ਕੁਦਰਤ ਨੂੰ ਮਨਜ਼ੂਰ ਨਹੀਂ ਸੀ, ਹੁਣ ਸਾਡੇ ਨਾਲ ਤਾਂ ਉਹ ਇੱਕ ਕਿਸਮ ਦਾ ਭਾਣਾ ਵਾਪਰ ਗਿਆ। ਸਿੰਘ ਅਤੇ ਮੇਤੋਂ ਸਾਲ ਕਦਾ ਹੀ ਫਰਕ ਆ ਨਵਰਾਜ ਦਾ, ਨਵਰਾਜ ਯਾਰ ਦੇ ਉਹਦੇ ਖੇਤ ਇਹੀ ਨੇ ਜੀ, ਇੱਥੇ ਨੇ, ਮੇਰੇ ਖੇਤ ਉੱਧਰਲੇ ਥੋੜ੍ਹੇ ਜਿਹੇ ਪਰਾਂ ਨੇ, ਅਸੀਂ ਇਕੱਠੇ ਹੀ ਉਹ ਵੀ ਨਾਲ ਖੇਤੀਬਾੜੀ ਦਾ ਸ਼ੌਂਕ ਰੱਖਦਾ ਸੀ, ਗਾਜਰ ਵਗੈਰਾ ਬੀਜਦਾ ਸੀ। ਜਦ ਵੀ ਉਹ ਛੁੱਟੀ ਆਉਂਦਾ ਸੀ ਤਾਂ ਮੈਨੂੰ ਫੋਨ ਕਰ ਲੈਂਦਾ ਸੀ ਵੀ ਵੀਰੇ ਮੈਂ ਥੋੜ੍ਹਾ ਜਿਹਾ ਉਰੇ ਇੱਥੇ ਆਇਆ ਹੋਇਆ ਵੀ ਖੇਤੀਬਾੜੀ ਦਾ, ਅਤੇ ਉਹਨੂੰ ਜਾਣਕਾਰੀ ਵੀ ਸੀ ਖੇਤੀਬਾੜੀ ਦੀ। ਹੁਣ ਛੁੱਟੀ ਜਦੋਂ ਲਾਸਟ ਆਇਆ ਸੀ ਕਦੋਂ ਆਇਆ ਸੀ ਅਤੇ ਕੀ ਕੰਮ ਕਰਕੇ ਗਿਆ? ਹੁਣ ਉਹਨੂੰ 2 ਮਹੀਨੇ ਹੀ ਹੋ ਗਏ ਵੀਰੇ ਆਏ ਨੂੰ, ਅਤੇ ਉਹਨੇ ਗਾਜਰ ਵਗੈਰਾ ਸਾਰੀ ਵਗੈਰਾ ਆਪ ਹੱਥੀਂ ਉਹਨੇ ਕਰਕੇ ਗਿਆ ਸਾਰੀ, ਉਹ ਮਿਹਨਤ ਸੀ ਬਹੁਤ ਕਰਦਾ ਸੀ, ਅਤੇ ਬੰਦਾ ਉਰੇ ਵੀ ਬਸ ਉਹ ਘਰ ਹੀ ਆਉਂਦਾ ਸੀ ਅਤੇ ਨਾ ਪਿੰਡ 'ਚ ਵੀ ਨਹੀਂ ਨੋਰਮਲੀ ਜਾਂਦਾ ਸੀ, ਕਿਤੇ ਆਪਦੇ ਖੇਤਾਂ 'ਚ ਰਹਿ ਕੇ ਉਹ ਕਰਦਾ ਸੀ। ਜਿਸ ਤਰ੍ਹਾਂ ਵਧੀਆ ਪਰਿਵਾਰ ਸੀ, ਕੀ ਫੌਰਨ ਜਾ ਸਕਦਾ ਸੀ ਅਤੇ ਕਿਉਂ ਉਹਨੇ ਫੌਜ 'ਚੋਂ? ਹਾਂ ਵੈਸੇ ਫੌਰਨ ਉਹਨੂੰ ਫੌਜ ਦਾ ਹੀ ਰਸਤਾ ਕਹਿੰਦਾ, ਮੈਨੂੰ ਠੀਕ ਲੱਗਦਾ ਵੀ ਇੱਕ ਭਰਾ ਮੇਰਾ ਫੌਰਨ ਭੱਗ ਗਿਆ ਅਤੇ ਮੈਂ ਆਪਦੀ ਦੇਸ਼ ਦੀ ਸੇਵਾ ਕਰਨੀ ਆ, ਅਤੇ ਹਰ ਟਾਈਮ ਸਾਨੂੰ ਵੀ ਉਹ ਕਹਿੰਦਾ ਸੀ ਵੀ ਜੇ ਕੋਈ ਹੋਰ ਵੀ ਪਿੰਡ 'ਚੋਂ ਆ ਬੰਦਾ ਵੀ ਦੇਸ਼ ਦੀ ਸੇਵਾ ਲਈ ਉਹ ਕਰੋ। ਕਿਸ ਤਰ੍ਹਾਂ ਉਹਨੂੰ ਫੌਜ 'ਚ ਜਾਣ ਦਾ ਸ਼ੌਂਕ ਪੈਦਾ ਹੋਇਆ ਅਤੇ ਕਿਸ ਤਰ੍ਹਾਂ ਉਹਨੂੰ ਮਿਸ ਕਰੋਗੇ? ਬਹੁਤ ਨਾਈਸ ਸੀ ਬੱਚਾ ਉਹ, ਸ਼ੁਰੂ ਤੋਂ ਹੀ ਉਹਨੂੰ ਫੌਜ 'ਚ ਜਾਣ ਦਾ ਹੈਗਾ ਸੀ ਮੈਂ ਆਪਣੇ ਦੇਸ਼ ਪ੍ਰਤੀ ਕੁਛ ਕਰਾਂ। ਖੁਦ ਮੇਰੇ ਕੋਲੋਂ ਪੜ੍ਹ ਕੇ ਗਿਆ, ਬਹੁਤ ਇੰਟੈਲੀਜੈਂਟ ਸੀ, ਸਮਝਦਾਰ, ਜ਼ਿੰਮੇਵਾਰ। ਫੌਜ 'ਚ ਜਾਣ ਦਾ ਫੈਸਲਾ ਕਿਉਂ ਕਰਨਾ ਪਿਆ?
ਦੇਸ਼ ਵਾਸਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਇਹਦਾ ਸ਼ੌਂਕ ਸੀ ਸ਼ੌਂਕ ਸੀ ਮੰਮਾ ਰੋਕ ਨਾਨਾ ਜੀ ਫੌਜ 'ਚ ਸੀ ਨਾਨਾ ਜੀ ਵੀ ਫੌਜ ਸੀਗੇ ਬਹੁਤ ਜ਼ਿਆਦਾ ਬਹੁਤ ਸਮਝਦਾਰ ਪਰਿਵਾਰ ਸੇਵਾ ਭਾਵਨਾ ਵਾਲੇ ਗੁਰਸਿੱਖੀ ਦੀ ਲੈਣ 'ਤੇ ਪਰਿਵਾਰ ਇਹਨਾਂ ਦਾ ਮੰਮਾ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਦੀ ਮੰਮਾ ਇੰਨਾ ਵੀ ਸ਼ਰਧਾਲੂ ਨੇ ਗੁਰੂ ਘਰਾਂ ਦੇ ਬੱਚੇ ਵੀ ਬਹੁਤ ਅਸੀਂ ਇਕੱਠੇ ਗੁਰੂ ਘਰ ਦੀ ਸੇਵਾ ਕਰੀਏ ਜਿਵੇਂ ਵੀ ਪ੍ਰਧਾਨ ਹੋਵੇ ਗੁਰੂ ਘਰ ਦੀ ਬਹੁਤ ਅਸੀਂ ਸੇਵਾ ਕਰਦੇ ਰਹੇ ਇਹਨਾਂ ਦੀ ਮੰਮਾ ਵੀ ਇਹ ਬੱਚੇ ਵੀ ਨਾਲ ਕਰਦੇ ਰਹੇ ਨੇ ਇਹਨਾਂ ਨੂੰ ਬਸ ਇੱਕ ਸ਼ੌਂਕ ਇਹ ਸੀ ਬਿਮਾਰ ਸੀ ਉਹਨਾਂ ਨੂੰ ਫੌਜ ਤੋਂ ਰੋਕਿਆ ਨਹੀਂ ਕਦੇ ਉਹਨਾਂ ਨੂੰ ਬਹੁਤ ਇਹਨਾਂ ਇਹ ਬੱਚੇ ਦੀ ਜਿੱਦ ਸੀ ਵੀ ਮੈਂ ਸੇਵਾ ਕਰਨੀ ਹੈ ਦੇਸ਼ ਦੀ ਰੋਕਿਆ ਜੀ ਬਹੁਤ ਇਹਨਾਂ ਨੇ ਇਹ ਕਹਿੰਦਾ ਵੀ ਮੈਨੂੰ ਸੇਵਾ ਕਰਨੀ ਹੈ ਮੈਂ ਹਰ ਗੇੜੇ ਰੋਕ ਇਹਨਾਂ ਦੇ ਘਰੇ ਬਹੁਤ ਕੁਛ ਵਾਹਿਗੁਰੂ ਨੇ ਪਰਮੇਸ਼ਰ ਨੇ ਬਹੁਤ ਦਿੱਤਾ ਹੋਇਆ ਇਹਨਾਂ ਨੂੰ ਕੋਈ ਘਾਟ ਨਹੀਂ ਇਹਨਾਂ ਦੇ ਘਰੇ ਹੈਗੀ ਕਿਸੇ ਵੀ ਚੀਜ਼ ਦੀ ਕਨੇਡਾ ਦੇ ਵਿੱਚ ਸੈਟਲ ਸੀ ਅਤੇ ਸਿਸਟਰ ਸੀ ਜਿੱਥੋਂ ਕਿ ਇਸ ਘਰ ਦੇ ਵਿੱਚ ਕਦੇ ਵਿਆਹ ਦੀਆਂ ਰੌਣਕਾਂ ਵੀ ਵੇਖਣ ਨੂੰ ਦੇਖਣੀਆਂ ਸਨ ਪਰ ਅੱਜ ਮਾਤਮ ਦਾ ਮਾਹੌਲ ਆ ਜਿਹੜਾ ਇਸ ਪਰਿਵਾਰ ਦੇ ਵਿੱਚ ਵੇਖਿਆ ਜਾ ਰਿਹਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਇਸ ਨੂੰ ਲੈ ਕੇ ਡੇਲੀ ਪੋਸਟ ਪੰਜਾਬੀ ਲਈ ਨਾਭਾ ਤੋਂ ਹਰਮੀਤ ਸਿੰਘ ਮਾਨ ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ ਫੋਨ ਚੱਕੋ ਕਾਲ ਕਰੋ 90419 90419 ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ